ਜੋਤੀ ਨੂਰਾ ਅਤੇ ਨਾਲ ਪਾਸੀ ਦਾ ਫਿਰ ਪੱਖਿਆ ਵਿਵਾਦ ਕੀ ਬੰਦੇ ਗੰਦੇ ਜੇ ਤੋ ਮੇਰਾ ਕਿਹੜਾ ਸੁੱਟਿਆ ਪਹਿਲਾਂ ਵੀ ਮੈਨੂੰ ਮੀਡੀਆ ਦੇ ਵਿੱਚ ਬਦਨਾਮ ਕੀਤਾ ਹੁਣ ਵੀ ਤੁਸੀਂ ਮੈਂ ਇੱਕ ਵਾਰ ਵੀ ਨਹੀਂ ਬੋਲਿਆ ਅੱਜ ਫਸਟ ਟਾਈਮ ਬੋਲ ਰਿਹਾ ਤੁਸੀਂ ਹੜਦੇ ਨਹੀਂ ਪਏ ਲਾਈਵ ਹੋ ਕੇ ਦੋਨੋਂ ਇੱਕ ਦੂਜੇ ਬਾਰੇ ਕਰ ਰਹੇ ਵੱਡੇ ਖੁਲਾਸੇ ਨਾਮ ਉਸਮਾਨ ਹੈ ਅਵਿਨਾਸ਼ ਕੁਮਾਰ ਕਰਤਾਰਪੁਰ ਦਾ ਉਹ ਰਹਿਣ ਵਾਲਾ ਕ੍ਰਿਮੀਨਲ ਉਹ ਬੰਦਾ ਗੈਂਗਸਟਰ ਉਹ ਬੰਦਾ ਉਸਮਾਨ ਗੱਲ ਸੁਣ ਲੈ ਮੇਰੀ ਉਹਦੇ ਬਾਰੇ ਬਕਵਾਸ ਕੀਤੀ ਨਾ ਤੇਰੀ ਧੋਣ ਜਿੱਦਾਂ ਦਾ ਗੋਡਾ ਦੇਣਾ ਨਾ ਮੈਂ ਯਾਦ ਰੱਖੇਗਾ ਸਾਰੀ ਜ਼ਿੰਦਗੀ ਜੋਤੀ ਨੂਰਾ ਨੇ ਕੁਨਾਲ ਪਾਸੀ ਨੂੰ ਦਿੱਤੀ ਵਾਰਨਿੰਗ ਕਿਹਾ ਜਲਦ ਮਾਰਾਂਗੀ ਤੈਨੂੰ ਮੈਂ ਤੈਨੂੰ ਦਿੰਨੀ ਵਾਰਨਿੰਗ ਸ਼ਰੇਆਮ ਤੈਨੂੰ ਮਾਰਨਾ ਮੈਂ ਸ਼ਬਦਾਂ ਦੀ ਤਾਕਤ ਤੇ ਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਇਸ਼ ਸ਼ਰਮਾ ਸਵਾਗਤ ਕਰਦੀ ਹਾਂ ਦੋਸਤੋ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਜੋਤੀ ਨੂਰਾ ਅਤੇ ਕੁਨਾਲ ਪਾਸੀ ਬਾਰੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਫਿਰ ਤੋਂ ਤੂਫਾਨ ਆ ਗਿਆ ਦੱਸ ਦੇ ਕਿ ਜੋਤੀ ਨੂਰਾ ਨੇ ਸਨ 2014 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਆਪਣੇ ਘਰਦਿਆਂ ਤੋਂ ਬਾਗੀ ਹੋ ਕੇ ਕੁਨਾਲ ਪਾਸੀ ਦੇ ਨਾਲ ਥਾਣੇ ਦੇ ਵਿੱਚ ਲਵ ਮੈਰਿਜ ਕਰਵਾਈ ਸੀ ਸੋ ਉਦੋਂ ਵੀ ਕਾਫੀ ਚਰਚਾ ਛਿੜੀ ਕਿ ਜੋਤੀ ਨੂਰਾ ਨੇ ਆਪਣੇ ਘਰਦਿਆਂ ਤੋਂ ਬਗੈਰ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਕੁਨਾਲ ਪਾਸੀ ਨੂੰ ਚੁਣਿਆ ਅਤੇ ਉਸਦੇ ਨਾਲ ਵਿਆਹ ਕਰਵਾਇਆ ਸੋ ਚਲੋ ਜਿਵੇਂ ਹੀ ਸਮਾਂ ਬੀਤਦਾ ਹੈ ਪਰਿਵਾਰਿਕ ਮੈਂਬਰ ਵੀ ਮੰਨ ਜਾਂਦੇ ਨੇ ਅਤੇ ਜੋਤੀ ਨੂਰਾ ਆਪਣੀ ਭੈਣ ਸੁਲਤਾਨਾ ਨੂਰਾ ਦੇ ਨਾਲ ਗੀਤ ਗਾਉਣੇ ਸ਼ੁਰੂ ਕਰ ਦਿੰਦੀ ਹੈ ਤੇ ਦੋਵੇਂ ਹੀ ਭੈਣਾਂ ਮਸ਼ਹੂਰ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਨੂਰਾ ਸਿਸਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੋ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਜੋਤੀ ਨੂਰਾ ਦੇ ਪਤੀ ਕੁਨਾਲ ਪਾਸੀ ਬਾਰੇ ਦੱਸ ਦੇ ਕਿ ਜੋਤੀ ਨੂਰਾ ਨੇ ਕਿਸੇ ਸਮੇਂ ਤਾਂ ਕੁਨਾਲ ਪਾਸੀ ਨਾਲ ਲਵ ਮੈਰਿਜ ਕਰਵਾਉਂਦੀ ਹੈ ਆਪਣੇ ਘਰਦਿਆਂ ਤੋਂ ਬਾਗੀ ਹੋ ਕੇ ਕੁਨਾਲ ਪਾਸੀ ਨੂੰ ਚੁਣਦੀ ਹੈ ਪਰ 6-7 ਮਹੀਨਿਆਂ ਪਹਿਲਾਂ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਕਿ ਜੋਤੀ ਨੂਰਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੁਨਾਲ ਪਾਸੀ ਬਾਰੇ ਵੱਡੇ ਖੁਲਾਸੇ ਕੀਤੇ ਸੀ ਕਿ ਕੁਨਾਲ ਪਾਸੀ ਮੈਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਦਾ ਤੇ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਤੇ ਜੋ ਸ਼ੋਅ ਦੇ ਪੈਸੇ ਬਣਦੇ ਨੇ ਉਹ ਪਹਿਲਾਂ ਕੁਨਾਲ ਪਾਸੀ ਆਪਣੇ ਕੋਲ ਰੱਖ ਲੈਂਦਾ ਸੋ ਅਜਿਹੇ ਖੁਲਾਸੇ ਕੀਤੇ ਜਾਂਦੇ ਨੇ ਤੇ ਲੋਕਾਂ ਦੇ ਵੱਲੋਂ ਵੀ ਵੱਖ ਵੱਖ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਤਾਂ ਕੁਝ ਦਿਨ ਬੀਤਦੇ ਹੈ ਕਿ ਜੋਤੀ ਨੂਰਾ ਅਤੇ ਕੁਨਾਲ ਪਾਸੀ ਇਕੱਠੇ ਹੋ ਜਾਂਦੇ ਨੇ ਤੇ ਦੋਵਾਂ ਦੇ ਵੱਲੋਂ ਇਕੱਠਿਆਂ ਹੀ ਪ੍ਰੈਸ ਕਾਨਫਰੰਸ ਕਰ ਲੋਕਾਂ ਨੂੰ ਮੀਡੀਆ ਰਾਹੀਂ ਇਹ ਦੱਸਿਆ ਜਾਂਦਾ ਹੈ ਕਿ ਜੋ ਸਾਡੇ ਦੇ ਵਿੱਚ ਮਨ ਮੁਟਾਵ ਚੱਲ ਰਿਹਾ ਸੀ ਉਹ ਅੱਜ ਦੂਰ ਹੋ ਗਿਆ ਤੇ ਅਸੀਂ ਫਿਰ ਤੋਂ ਇੱਕ ਹੋ ਗਏ ਹਾਂ ਤੇ ਇੱਕ ਹੀ ਰਹਾਂਗੇ ਪਰ ਦੋਸਤੋ ਅੱਜ ਤੁਹਾਨੂੰ ਦੱਸ ਦੇ ਕਿ ਫਿਰ ਮੁੜ ਤੋਂ ਉਹੀ ਸਮਾਂ ਆ ਗਿਆ ਕਿ ਕੁਨਾਲ ਪਾਸੀ ਅਤੇ ਜੋਤੀ ਨੂਰਾ ਦੀ ਜ਼ਿੰਦਗੀ ਦੇ ਵਿੱਚ ਫਿਰ ਭੁਚਾਲ ਆ ਗਿਆ ਜੋਤੀ ਨੂਰਾ ਅਤੇ ਕੁਨਾਲ ਪਾਸੀ ਇੱਕ ਦੂਜੇ ਨੂੰ ਲਾਈਵ ਹੋ ਕੇ ਬੁਰਾ ਭਲਾ ਬੋਲ ਰਹੇ ਨੇ ਤੇ ਵੱਡੇ ਖੁਲਾਸੇ ਕਰ ਰਹੇ ਨੇ ਗੱਲ ਕੀਤੀ ਜਾਵੇ ਜੋਤੀ ਨੂਰਾ ਦੀ ਜਿਸਨੇ ਕਿ ਕੁਝ ਦਿਨ ਪਹਿਲਾਂ ਲਾਈਵ ਹੋ ਕੇ ਆਪਣੇ ਪਤੀ ਕੁਨਾਲ ਪਾਸੀ ਬਾਰੇ ਵੱਡੇ ਖੁਲਾਸੇ ਕੀਤੇ ਕੁਨਾਲ ਪਾਸੀ ਬਾਰੇ ਕਿਹਾ ਕਿ ਮੈਂ ਅੱਜ ਖੁਸ਼ ਹਾਂ ਕਿ ਮੇਰਾ ਕੁਨਾਲ ਪਾਸੀ ਤੋਂ ਖੇੜਾ ਛੁੱਟ ਗਿਆ ਅਤੇ ਪਰਿਵਾਰਿਕ ਮੈਂਬਰਾਂ ਨੂੰ ਵੀ ਆਪਣੇ ਪਤੀ ਯਾਨੀ ਕਿ ਸਹੁਰੇ ਪਰਿਵਾਰਿਕ ਮੈਂਬਰਾਂ ਨੂੰ ਵੀ ਬੁਰਾ ਭਲਾ ਆਖਿਆ ਜਾਂਦਾ ਹੈ ਜੋਤੀ ਨੂਰਾ ਦੇ ਵੱਲੋਂ ਸੋ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਪਤੀ ਕੁਨਾਲ ਪਾਸੀ ਵੀ ਲਾਈਵ ਹੋ ਜਾਂਦਾ ਹੈ ਕੁਨਾਲ ਪਾਸੀ ਦੇ ਵੱਲੋਂ ਲਾਈਵ ਹੋ ਕੇ ਜੋਤੀ ਨੂਰਾ ਬਾਰੇ ਵੱਡੇ ਖੁਲਾਸੇ ਕੀਤੇ ਜਾਂਦੇ ਨੇ ਅਤੇ ਦੋਸ਼ ਲਗਾਏ ਜਾਂਦੇ ਨੇ ਸੋ ਕੁਨਾਲ ਪਾਸੀ ਕਹਿੰਦਾ ਹੈ ਕਿ ਅੱਜ ਮੈਨੂੰ ਜੋਤੀ ਨੂਰਾ ਨਸ਼ੇੜੀ ਕਹਿ ਕੇ ਮੈਨੂੰ ਅਤੇ ਮੇਰੇ ਪੂਰੇ ਪਰਿਵਾਰ ਨੂੰ ਬਦਨਾਮ ਕਰ ਰਹੀ ਹੈ ਸੋ ਮੇਰੇ ਪਰਿਵਾਰ ਨੂੰ ਜੋ ਕਿ ਬੁਰਾ ਭਲਾ ਬੋਲਿਆ ਜਾ ਰਿਹਾ ਹੈ ਸੋ ਇਸੇ ਦੌਰਾਨ ਹੀ ਕੁਨਾਲ ਪਾਸੀ ਇਹ ਵੀ ਕਹਿੰਦਾ ਹੈ ਕਿ ਜੋਤੀ ਨੂਰਾ ਅੱਜ ਉਸਮਾਨ ਨੂਰ ਨਾਂ ਦੇ ਨੌਜਵਾਨ ਪਿੱਛੇ ਲੱਗ ਕੇ ਮੈਨੂੰ ਬਦਨਾਮ ਕਰ ਰਹੀ ਹੈ ਤੇ ਕੁਨਾਲ ਪਾਸੀ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੋਤੀ ਨੂਰਾ ਦਾ ਉਸਮਾਨ ਨੂਰ ਦੇ ਨਾਲ ਰਿਲੇਸ਼ਨ ਚੱਲ ਰਿਹਾ ਜਿਸ ਦੇ ਮਗਰ ਲੱਗ ਕੇ ਅੱਜ ਉਹ ਮੈਨੂੰ ਬੁਰਾ ਭਲਾ ਬੋਲ ਰਹੀ ਹੈ ਤੇ ਉਸਮਾਨ ਨੂਰ ਨੂੰ ਕੁਨਾਲ ਪਾਸੀ ਕ੍ਰਿਮੀਨਲ ਵੀ ਆਖਦਾ ਸੋ ਦੋਸਤੋ ਜਿਵੇਂ ਹੀ ਇਹ ਦੋਨੋਂ ਪਤੀ ਪਤਨੀ ਇੱਕ ਦੂਜੇ ਬਾਰੇ ਵੱਡੇ ਖੁਲਾਸੇ ਕਰਦੇ ਨੇ ਲਾਈਵ ਹੋ ਕੇ ਤਾਂ ਉਸ ਤੋਂ ਬਾਅਦ ਫਿਰ ਜੋਤੀ ਨੂਰਾ ਲਾਈਵ ਹੁੰਦੀ ਹੈ ਤਾਂ ਲਾਈਵ ਹੋ ਕੇ ਉਸਦੇ ਵੱਲੋਂ ਕਬੂਲ ਕੀਤਾ ਜਾਂਦਾ ਕਿ ਹਾਂ ਉਸਮਾਨ ਨੂਰ ਮੇਰਾ ਪਿਆਰ ਹੈ ਉਸਮਾਨ ਨੂਰ ਨੂੰ ਮੈਂ ਪਿਆਰ ਕਰਦੀ ਹਾਂ ਤੇ ਉਸਨੂੰ ਮੈਂ ਰੱਖਿਆ ਹੋਇਆ ਜਿਸਨੇ ਜੋ ਕਰਨਾ ਕਰ ਲਵੋ ਤੇ ਨਾਲ ਹੀ ਵਾਰਨਿੰਗ ਦਿੰਦੀ ਹੈ ਜੋਤੀ ਨੂਰਾ ਆਪਣੇ ਪਤੀ ਕੁਨਾਲ ਪਾਸੀ ਨੂੰ ਕਿ ਮੈਂ ਤੈਨੂੰ ਬੜੀ ਜਲਦੀ ਮਾਰਾਂਗੀ
ਤੇ ਕਿਹਾ ਜਾਂਦਾ ਹੈ ਕਿ ਜੇਕਰ ਹਿੰਮਤ ਹੈ ਤਾਂ ਉਹ ਸਾਹਮਣੇ ਆ ਕੇ ਉਸਦੇ ਨਾਲ ਗੱਲ ਕਰੇ ਤੇ ਹੋਰ ਵੀ ਬੜੇ ਇਲਜ਼ਾਮ ਲਗਾਏ ਜਾਂਦੇ ਨੇ ਪਤੀ ਕੁਨਾਲ ਪਾਸੇ ਤੇ ਸੋ ਦੋਸਤੋ ਜਿਵੇਂ ਹੀ ਇਹ ਵਿਵਾਦ ਲਗਾਤਾਰ ਭਖਦਾ ਹੈ ਤਾਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕਿ ਜੋਤੀ ਨੂਰਾ ਅਤੇ ਉਸਮਾਨ ਨੂਰ ਦੋਨੋਂ ਲਾਈਵ ਹੁੰਦੇ ਨੇ ਤੇ ਲਾਈਵ ਹੋ ਕੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਸੋ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀ ਹੈ ਸੋ ਜਿਵੇਂ ਇਹ ਵਿਵਾਦ ਲਗਾਤਾਰ ਭਖਦਾ ਹੈ ਲੋਕਾਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਕਿਸੇ ਸਮੇਂ ਤਾਂ ਜੋਤੀ ਨੂਰਾ ਨੇ ਆਪਣੇ ਘਰਦਿਆਂ ਤੋਂ ਬਾਗੀ ਹੋ ਕੇ ਕੁਨਾਲ ਪਾਸੀ ਨੂੰ ਚੁਣਿਆ ਸੀ ਉਸਦੇ ਨਾਲ ਲਵ ਮੈਰਿਜ ਕਰਵਾਈ ਸੀ ਤਾਂ ਬਾਅਦ ਦੇ ਵਿੱਚ ਜ਼ਰੂਰ ਵਿਵਾਦ ਖੜਾ ਹੁੰਦਾ ਹੈ ਅਤੇ ਉਹ ਵਿਵਾਦ ਥੰਮ ਵੀ ਜਾਂਦਾ ਹੈ ਤੇ ਅੱਜ ਕੀ ਗੱਲ ਹੋਈ ਕਿ ਫਿਰ ਕੁਨਾਲ ਪਾਸੀ ਅਤੇ ਜੋਤੀ ਨੂਰਾ ਆਮਣੋ ਸਾਹਮਣੇ ਹੋ ਗਏ ਤੇ ਇੱਕ ਦੂਜੇ ਬਾਰੇ ਵੱਡੇ ਖੁਲਾਸੇ ਕਰ ਰਹੇ ਨੇ ਤੇ ਇੱਕ ਦੂਜੇ ਬਾਰੇ ਬੁਰਾ ਭਲਾ ਆਖ ਰਹੇ ਨੇ ਮੰਨਿਆ ਕਿ ਦੋਸਤੋ ਘਰ ਦੇ ਵਿੱਚ ਮਨ ਮੁਟਾਵ ਹੋ ਜਾਂਦਾ ਹੈ ਪਤੀ ਪਤਨੀ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਹੋ ਜਾਂਦੇ ਨੇ ਪਰ ਜ਼ਰੂਰੀ ਨਹੀਂ ਕਿ ਸੋਸ਼ਲ ਮੀਡੀਆ ਰਾਹੀਂ ਉਸ ਗੱਲਾਂ ਦਾ ਵਿਵਾਦ ਖੜਾ ਕੀਤਾ ਜਾਵੇ ਅਤੇ ਲੋਕਾਂ ਅਤੇ ਸਮਾਜ ਦੇ ਸਾਹਮਣੇ ਉਸ ਨੂੰ ਤਮਾਸ਼ਾ ਬਣਾਇਆ ਜਾਵੇ ਘਰ ਦੇ ਵਿੱਚ ਬੈਠ ਕੇ ਵੀ ਗੱਲ ਸੋਲਵ ਹੋ ਸਕਦੀ ਹੈ ਤੇ ਹੁਣ ਸਵਾਲ ਇਹ ਖੜੇ ਹੋ ਰਹੇ ਨੇ ਕਿ ਸੱਚਮੁੱਚ ਹੀ ਇਹਨਾਂ ਵਿਚਕਾਰ ਕੋਈ ਲੜਾਈ ਝਗੜਾ ਹੋਇਆ ਵੱਡਾ ਵਿਵਾਦ ਖੜਾ ਹੋਇਆ ਸੱਚਮੁੱਚ ਹੀ ਜੋਤੀ ਨੂਰਾ ਅਤੇ ਕੁਨਾਲ ਪਾਸੀ ਅੱਜ ਅਲੱਗ ਹੋ ਗਏ ਕਿ ਸਿਰਫ ਲੋਕਾਂ ਨੂੰ ਹੀ ਮੂਰਖ ਬਣਾਇਆ ਜਾ ਰਿਹਾ ਇੱਕ ਫੇਮ ਪਾਲਣ ਦੇ ਲਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਦੂਜੇ ਨੂੰ ਬੁਰਾ ਭਲਾ ਆਖ ਕੇ ਸਿਰਫ ਲੋਕਾਂ ਨੂੰ ਤਾਂ ਹੀ ਮੂਰਖ ਬਣਾਇਆ ਜਾ ਰਿਹਾ ਸੋ ਇਹ ਸਵਾਲ ਅੱਜ ਖੜੇ ਹੋ ਰਹੇ ਨੇ ਸੋ ਇਹਨਾਂ ਸਵਾਲਾਂ ਦਾ ਜਵਾਬ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਸਕਦਾ ਹੈ ਜਾਂ ਫਿਰ ਜੋ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਵਿਚਾਰ ਚੱਲ ਰਹੇ ਨੇ ਇਸ ਬਾਰੇ ਉਹ ਸਾਡੇ ਨਾਲ ਵਿਚਾਰ ਸਾਂਝੇ ਕਰ ਸਕਦੇ ਨੇ ਕਿਉਂਕਿ ਇਸ ਬਾਰੇ ਤਾਂ ਲੋਕ ਹੀ ਫੈਸਲਾ ਕਰ ਸਕਦੇ ਨੇ ਇਸ ਬਾਰੇ ਤਾਂ ਜੋ ਫੈਸਲਾ ਲੋਕਾਂ ਦੇ ਹੱਥ ਵਿੱਚ ਹੈ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਕੁਨਾਲ ਪਾਸੀ ਅਤੇ ਜੋਤੀ ਨੂਰਾ ਦੇ ਵਿਚਕਾਰ ਜੋ ਵਿਵਾਦ ਅੱਜ ਕੱਲ ਖੜਾ ਹੋਇਆ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਵੱਡੀਆਂ ਵੱਡੀਆਂ ਹਸਤੀਆਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਦੂਜੇ ਨੂੰ ਬੁਰਾ ਭਲਾ ਆਖ ਕੇ ਲੋਕਾਂ ਦੇ ਸਾਹਮਣੇ ਜੋ ਕਿ ਫੇਮਸ ਹੋਣਾ ਚਾਹੁੰਦੀਆਂ ਨੇ ਜਾਂ ਲੋਕਾਂ ਨੂੰ ਹੀ ਇੱਕ ਤਰ੍ਹਾਂ ਦੇ ਨਾਲ ਮੂਰਖ ਬਣਾਇਆ ਜਾਂਦਾ ਜਿਵੇਂ ਕਿ ਉਦਾਹਰਣ ਵਜੋਂ ਅਸੀਂ ਕਹਿ ਦਈਏ ਹਿਮਾਂਸ਼ੀ ਖੁਰਾਣਾ ਅਤੇ ਸਹਿਨਾਜ਼ ਗਿੱਲ ਕਿਸੇ ਸਮੇਂ ਹਿਮਾਂਸ਼ੀ ਖੁਰਾਣਾ ਅਤੇ ਸਹਿਨਾਜ਼ ਗਿੱਲ ਵੀ ਲਾਈਵ ਹੋ ਕੇ ਇੱਕ ਦੂਜੇ ਨਾਲ ਲੜਦੀਆਂ ਦੇਖੀਆਂ ਗਈਆਂ ਨੇ ਸਿਰਫ ਤੇ ਸਿਰਫ ਲੋਕਾਂ ਦੇ ਵਿੱਚ ਇੱਕ ਉਹਨਾਂ ਨੇ ਡਰਾਮਾ ਕ੍ਰੀਏਟ ਕੀਤਾ ਲੋਕਾਂ ਨੂੰ ਮੂਰਖ ਬਣਾਇਆ ਪਰ ਅਸਲ ਦੇ ਵਿੱਚ ਉਹ ਇੱਕ ਹੀ ਸੀ ਸਿਰਫ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਲੋਕਾਂ ਦੇ ਸਾਹਮਣੇ ਜੋ ਕਿ ਡਰਾਮਾ ਕੀਤਾ ਉਹਨਾਂ ਦੇ ਵੱਲੋਂ ਸੋ ਕਿਤੇ ਅੱਜ ਕੁਨਾਲ ਪਾਸੀ ਅਤੇ ਜੋਤੀ ਨੂਰਾ ਦੇ ਵੱਲੋਂ ਕਿਤੇ ਅਜਿਹਾ ਹੀ ਡਰਾਮਾ ਤਾਂ ਨਹੀਂ ਕ੍ਰੀਏਟ ਕੀਤਾ ਜਾ ਰਿਹਾ ਕਿਤੇ ਲੋਕਾਂ ਨੂੰ ਤਾਂ ਨਹੀਂ ਮੂਰਖ ਬਣਾਇਆ ਜਾ ਰਿਹਾ ਸੋ ਇਸ ਬਾਰੇ ਤਾਂ ਹੁਣ ਸਾਡੇ ਦਰਸ਼ਕ ਹੀ ਫੈਸਲਾ ਕਰ ਸਕਦੇ ਨੇ ਕਿ ਸੱਚਮੁੱਚ ਹੀ ਇਹ ਵੱਖ ਹੋ ਗਏ ਜਾਂ ਫਿਰ ਗੱਲ ਕੋਈ ਹੋਰ ਹੀ ਹੈ ਜੋ ਵੀ ਤੁਹਾਡੀ ਇਸ ਬਾਰੇ ਰਾਏ ਹੈ ਤੇ ਜੋ ਵੀ ਤੁਹਾਡੇ ਵਿਚਾਰ ਨੇ ਉਹ ਸਾਡੇ ਨਾਲ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰ ਸਕਦੇ ਹੋ ਦੇਖਦੇ ਰਹੋ ਸ਼ਬਦਾਂ ਦੀ ਤਾਕਤ ਏਵਨ ਮੀਡੀਆ ਧੰਨਵਾਦ